ਭਾਈ ਚੈਂਪੀ ਦੀ ਗੱਡੀ ਚੱਕ ਲਈ ਆ ਮੁੰਡੇ ਨੇ ਮਾਰਨਿੰਗ ਵੈਰੀ ਵੈਰੀ ਗੁੱਡ ਆ ਜੱਟ ਉਦੋਂ ਬਲੌਗ ਇਕੱਠੇ ਕਰਕੇ ਪਾਇਆ ਕਰਨੇ ਆ ਹੁਣ ਖੱਟੇ ਆ ਖੱਟੇ ਆ ਇੱਥੇ ਮੋਟਰਸਾਈਕਲ 'ਚ ਤੇਲ ਹੈ ਨੀਗਾ ਹੁਣ ਮੋਹਾਲੀ ਬਸ ਦੁੱਧ ਤੋਂ ਲੜਾਈ ਹੋਈ ਪਈ ਆ ਉਹ ਪਈ ਆ ਦੁੱਧ ਦੀ ਕੇਨੀ ਆ ਅੱਜ ਆਪਣਾ ਛੋਟਾ ਜਿਹਾ ਖਾਣਾ ਦੇਣਾ ਆ ਚੱਕ ਲਾ ਹੁਣ ਇੱਧਰ ਰੱਖ ਦੇ ਆ ਮਾਰਨਿੰਗ ਵੈਰੀ ਵੈਰੀ ਗੁੱਡ ਆ ਜੱਟ ਕੀ ਹਾਲ ਚਾਲ ਆ ਮੈਨੂੰ ਲੱਗਦਾ ਸਾਡੇ ਨੇ ਬਿਲਕੁਲ ਠੀਕ ਹੋ ਚੜ੍ਹਦੀ ਕਰਾ ਚੋਗੇ ਅੱਜ ਆਪਾਂ ਹੁਣ ਤੁਰ ਪਏ ਸੀ ਕੰਮ ਤੇ ਡੇਲੀ ਆਪਣਾ ਹੀ ਬਲੌਗ ਹੁੰਦਾ ਕੰਮ ਤੇ ਦੇਖਦੇ ਆਂ ਜੇ ਕੌਣ ਕੌਣ ਜਾਂਦਾ ਕੌਣ ਕੌਣ ਨਹੀਂ ਜਾਂਦਾ ਵਾਹੀ ਕੰਮ ਰਹਿੰਦਾ ਸਵੇਰੇ ਸਵੇਰੇ ਮੁੰਡੇ ਹਲੇ ਕੱਚੇ ਬੇਰ ਆ ਪਹਿਲੇ ਕੰਮ ਸ਼ੁਰੂ ਕਰ ਦਿੱਤਾ ਵਾਢਾ ਪਹਿਲੇ ਹੀ ਦੇਣਾ ਚੱਲ ਉਧਰ ਨੂੰ ਹੋ ਬੇਰਾਂ ਤੇ ਟੱਕ ਬੰਨੇ ਆ ਬੋਰਾ ਲੈ ਜਾ ਭਰ ਕੇ ਦੁੱਧ ਸ਼ੁਰੂ ਦੁੱਧ ਸ਼ੁਰੂ ਹੋ ਗਿਆ 10 ਕਿਲੋ ਦਲੀਆ ਤੇ ਉਹਦੇ ਬਾਲੇ ਗੱਡੀ ਜਾਵੇ ਟੱਕ ਟੱਕ ਮਾਰੇ ਸੁਖੀ ਦੁਕਾਨੇ ਹਾਂ ਨਾ ਕੀ ਗੱਲ ਹੋਈ ਹੁਣ ਖੱਟੇ ਆ ਖੱਟੇ ਆ ਗੂ ਨੀ ਬੇਰ ਆ ਬੜੇ ਖੱਟੇ ਆ ਇੱਥੇ ਮੈਂ ਤੈਨੂੰ ਮੈਂ ਪਹਿਲਾਂ ਦੱਸਿਆ ਵੀ ਕੱਚੇ ਆ ਫੇਰ ਗੱਲ ਹੀ ਨੀ ਸੁਣਨੀ ਹੁੰਦੀ ਕਿਸੇ ਦੀ ਫੇਰ ਚਪਲਾਂ ਹੀ ਖਾਣ ਜਾ ਹੁੰਦੀਆਂ ਇਹ ਨੇ ਅਸੀਂ ਬੈਠਿਆਂ ਨੇ ਆਲੇ ਨਾ ਹੁਣ ਨਿਕਲੀਏ ਹੁਣ ਆਲੇ ਜਾਂ ਬਹੁਤ ਲੇਟ ਹੋ ਜਾਈਦਾ ਸੀ ਇੱਥੇ ਹੀ ਇਹਨਾਂ ਗੱਪਾਂ 'ਚ ਮਸਤ ਰਹੀਦਾ ਚਲੋ ਹੁਣ ਚੱਲੀਏ ਅੱਜ ਬਹੁਤ ਦਿਨਾਂ ਬਾਅਦ ਫੇਰ ਸਟੇ ਲਾ ਲਈ ਆ ਛੋਟੀ ਜੀ ਆਪਣੀ ਵੈਨ ਛੋਟੀ ਜੀ ਸਟੇ ਲਾ ਲਈਦੀ ਆ ਉਹ ਜਾਂਦੀ ਆ ਭੁੰਡੀ ਦੀ ਮਰਸੜੀ ਚੱਲ ਭੁੰਡੀ ਬੈਠ ਫੇ ਦਿਲ ਤਾਂ ਸਾਡਾ ਵੀ ਹੈ ਨਹੀਂ ਕੰਮ ਤੇ ਜਾਣ ਉਹਨੂੰ ਪਰ ਕੀ ਕਰੀਏ ਮਜਬੂਰੀਆਂ ਨੇ ਆ ਜਾਣਾ ਹੀ ਪੈਣਾ ਉਹ ਮਰਜ਼ੀ ਹੋ ਜਵੇ ਜਾਣਾ ਉਹਨੇ ਪਤਾ ਕਮਾਦਾਰਾਂ ਦੇ ਵੀ ਜਾਣੇ ਆ ਖੜੇ ਪੈਰ ਫੇਰ ਉਤਰਨਾ ਪੈ ਗਿਆ ਸੀ ਮੋਟਰਸਾਈਕਲ 'ਚ ਤੇਲ ਹੈ ਨੀਗਾ ਹੁਣ ਸਟੇ ਪੈ ਗਏ ਮਹਿੰਗੀ ਬਹੁਤ ਜ਼ਿਆਦਾ ਮਹਿੰਗੀ ਪੈ ਕੇ ਲੱਗਦੀ ਹੈ ਬਾਕੀ ਦੇਖੋ ਕਰਦਾ ਪਿਆ ਬਸ ਤੁਰ ਪਵੇ ਹੁਣ ਹੋਰ ਉੱਥੇ ਕੀ ਗੱਲਾਂ ਬਾਤਾਂ ਆ ਸਵੇਰੇ ਸਵੇਰੇ ਹੀ ਸਵੇਰੇ ਸਵੇਰੇ ਕੰਮ ਹੋ ਗਿਆ ਆ ਜੇ ਤੋਂ ਡਰ ਸੀ ਰਿਹਾ ਹੋ ਗਿਆ ਸਟਾਰਟ ਹੁਣ ਤੋੜ ਲਿਆ ਆ ਪੈਟਰੋਲ ਪੰਪ ਤੇ ਇਹਨੂੰ ਉਹਦੇ ਪੰਪ ਉਹ ਪਾਉਂਦੇ ਚਲੋ ਪਹੁੰਚਾਂਗੇ ਪੰਪ ਤੇ ਤਾਂ ਜਾਊਗਾ ਜੀ ਹੁਣ ਪੰਪ ਦੇ ਮੋਢੇ ਜਾ ਕੇ ਤੇਲ ਮੁੱਕਿਆ ਆ ਜੇ ਬਾਬਿਆਂ ਦੀ ਬਸ ਆਹ ਦੇ ਪੰਪ ਪਹੁੰਚ ਗਏ ਆਪਾਂ ਬਸ ਪੰਪ ਤੇ ਇਹਨੂੰ ਹੁਣ ਪਹੁੰਚ ਗਏ ਆ ਪੰਪ ਤੇ ਚਲੋ ਜੀ ਚਲੀਏ ਪੰਪ ਤੇ ਹੁਣ ਪਵਾ ਕੇ ਤੇਲ ਫਿਰ ਚਲੀਏ ਗਾਂਹ ਲਓ ਜੀ ਭੁੰਡੀ ਹੁਣੇ ਚੱਲਿਆ ਆਪਣੀਆਂ ਡਿਊਟੀਆਂ ਦੇ ਬੰਦੇ ਨੂੰ ਮਿਲ ਲਈਏ ਹੋਰ ਕਿੱਦਾਂ ਸਿੱਟਾਂ ਸੈੱਟਾਂ ਜੱਸੀ ਆਪਣੀ ਡਿਊਟੀ ਨਾ ਭੁੱਲੇ ਅਸੀਂ ਖੜ ਗਏ ਆ ਕੇ ਹੁਣ ਬਸ ਦੇਖੀਏ ਹੁਣ ਦੁੱਧ ਦੀ ਡਿਊਟੀ ਫਿਰ ਦੁਬਾਰਾ ਸ਼ੁਰੂ ਹੋ ਗਈ ਆ ਬਹੁਤ ਦਿਨਾਂ ਵਾ ਦੁੱਧ ਵਾਲਾ ਕੰਮ ਸ਼ੁਰੂ ਹੋਇਆ ਵਾ ਨਹੀਂ ਤਾਂ ਭੁੰਡੀ ਤਾਂ ਜੱਸੀ ਜੀ ਇਸ ਕੰਮ ਨੂੰ ਵੀ ਲੈ ਕੇ ਲਾਈ ਹੋਇਆ ਕਰਨੀ ਆ ਗੋਦਾਮ 'ਚ ਪਹੁੰਚ ਗਏ ਅਸੀਂ ਗੱਡੀਆਂ ਬਾਹਰ ਖੜੀਆਂ ਆ ਗੱਡੀ ਲਾ ਪਈ ਆ ਲੈਣ ਸਵੇਰੇ ਸਵੇਰੇ ਚਾਚਾ ਪਹੁੰਚ ਗਏ ਆ ਉਹ ਤੇਰੀ ਨੂੰ ਹੁਣ ਗੱਡੀ ਲਾ ਦੀ ਆ ਸਾਈਡ 'ਤੇ ਓਹੋ ਤਾਂ ਪਹਿਲਾਂ ਉੱਤਰ ਜੀਦਾ ਮਾਰ ਕੇ ਛਾਲ ਨਿਆਰੇ ਜਾਣ ਆਪਾਂ ਹੁਣ ਚਲੀਏ ਅੰਦਰ ਨੂੰ ਹਲੇ ਮਾਰ ਮੂਲ ਭਰਾਵਾ ਪਾਉਣ ਲੈਣਾ ਚਾਰੀਆਂ ਪਿੱਟੀਆਂ ਪਾਉਣੀਆਂ ਦੋ ਗੱਡੀਆਂ ਕੋਕੜੀਆਂ ਪਾਉਣੀਆਂ ਚਲੀਏ ਸਾਢੇ 12 ਹੋ ਗਿਆ ਸੀ ਡਾਕਟਰ ਆਪਾਂ ਲਿਆਂਦੀ ਆ ਬਾਬੇ ਹੁਣੀ ਬੈਠੇ ਆ ਚਾਹ ਪੀਣ ਨਾਲ ਦਾ ਸਾਡਾ ਬੰਦਾ ਰੋਟੀ ਆਈ ਜਾਂਦਾ ਅਤੇ ਆਪਾਂ ਆ ਕੇ ਬਹਿ ਗਏ ਹਾਂ ਗੱਡੀ 'ਚ ਹੁਣ ਆਪਾਂ ਖਾ ਲਈਏ ਆਪਣੀ ਡਾਇਟ ਕਿਉਂਕਿ ਯਾਰ ਹੁਣ ਬਹੁਤ ਧੁੱਪ ਹੋ ਜਾਂਦੀ ਆ ਬੁਰੇ ਹਾਲ ਹੋ ਜਾਂਦੇ ਹੁਣ ਦੇਖਦੇ ਹਾਂ ਹੌਲੀ ਹੌਲੀ ਇਹਨਾਂ ਗੱਡੀਆਂ ਨੂੰ ਛੱਡ ਕੇ ਮੈਂ ਕਹਿੰਦਾ ਗੋਦਾਮ 'ਚ ਰਹਿਣਾ ਜ਼ਿਆਦਾ ਵਧੀਆ ਆ ਥੋੜ੍ਹਾ ਬਚਾ ਰਹਿੰਦਾ ਉੱਥੇ ਕੰਮ ਭਾਵੇਂ ਥੋੜ੍ਹਾ ਜ਼ਿਆਦਾ ਹੋ ਜਾਂਦਾ ਪਰ ਕੋਈ ਚੱਕਰ ਨਹੀਂ ਹੁਣ ਆਪਾਂ ਬਲੌਗ ਦੀ ਐਡਿਟਿੰਗ ਕਰਕੇ ਉਹਨੂੰ ਕਰੀਏ ਅਪਲੋਡ ਗੱਡੀਆਂ ਲਾ ਪਈਆਂ ਅੰਦਰ ਵੜ ਗਈਆਂ ਲੋਡ ਲੂਡ ਘੱਟ ਹੋਏ ਹੁਣ ਲੋਡ ਕਰਦੀ ਆ ਇੱਕ ਵਾਰੀ ਉਹ ਮੇਨਾ ਵੀ ਆਓ ਇੱਕ ਅੱਧਾ ਯਾਰ ਥਾਂ ਵੀ ਹੈ ਨਹੀਂ ਮਾਲ ਪਾਉਣ ਨੂੰ ਥਾਂ ਵੀ ਕਸੂਤੀ 'ਚ ਲਾ ਸਿੱਟਿਆ ਮੌਂਛੀ ਚੱਕ ਲਿਆ ਅੱਜ ਨਹੀਂ ਛੱਡਦੇ ਅੱਜ ਮੌਂਛੀ ਚੱਕ ਲਿਆ ਅੱਜ ਨਹੀਂ ਵੱਜਦਾ ਅੱਜ ਨਹੀਂ ਵੱਜਦਾ ਜੀ ਪਹੁੰਚ ਗਏ ਸੀ ਅਸੀਂ ਹੁਣ ਚੱਕੀਏ ਦੁੱਧ ਵਾਲੀਆਂ ਕੀਨੀਆਂ ਅਤੇ ਇੱਥੋਂ 9-2-11 ਹੋਈਏ ਅਸੀਂ ਬਾਈ ਚੈਂਪੀ ਦੀ ਗੱਡੀ ਚੱਕ ਲਈ ਆ ਮੁੰਡੇ ਨੇ ਚੈਂਪੀ ਦੀ ਗੱਡੀ ਆ ਇਹ ਚੈਂਪੀ ਦੀ ਸਪਲੈਂਡਰ ਵਾਲਾ ਹਿਸਾਬ ਆ ਜਾਂ ਮਾਰਿਆ ਗੇੜੀ ਇੱਕ ਵਾਰੀ ਘੁੰਮ ਫੈਰਾ ਦੇਖ ਲਾ ਚਲਾ ਕੇ ਇਹ ਮਹਾਰਾਜ ਚੈਂਪੀ ਦੀ ਗੱਡੀ ਆ ਇਹ ਚੈਂਪੀ ਤੋਂ ਬਿਨਾਂ ਨਹੀਂ ਕੋਈ ਚਲਾ ਸਕਦਾ ਹੁੰਡੀ ਹੁਣੀ ਹੁਣ ਫਲ ਫਰੂਟ ਖਰੀਦ ਕੇ ਹਟੇ ਆ ਉਹ ਬਲੈਤੀਏ ਦੁਆਲੇ ਆਲੇ ਦੁਆਲੇ ਦੇਖਣਾ ਰੱਛ ਪਿਆ ਆ ਉਹ ਇਹੀ ਆ ਬਲੈਤੀਆ ਤੁਸੀਂ ਚੱਲੇ ਉਹ ਬਲੈਤੀਏ ਉਹ ਬਲੈਤੀਏ ਕੁਛ ਨਹੀਂ ਹੈਗਾ ਬਲੈਤੀਆ ਹੀ ਆ ਇਹ ਖੀਰੇ ਲੈ ਕੇ ਆਉਂਦਾ ਜੀ ਚਲੋ ਖੀਰਾ ਲੈ ਕੇ ਆਉਂਦਾ ਜੀ ਹੁਣ ਪਾ ਲਈਏ ਕਿੱਟ 'ਚ ਚਲੀਏ ਬਹੁਤ ਟਾਈਮ ਹੋ ਗਿਆ ਜੀ ਯਾਰ ਸਾਨੂੰ ਇੱਥੇ ਲੇਟ ਹੋ ਗਏ ਹਾਂ
ਚੱਲ ਪੁੰਡੀ ਬੈਠ ਪੁੰਡੀ ਹੁਣੀ ਅੰਬ ਕੇਲੇ ਪੁੰਡੀ ਨੇ ਦੋ ਅੰਬ ਚਾੜੇ 100 ਦੇ ਪੁੰਡੀ ਕਹਿੰਦਾ ਇੱਕੋ ਹੀ ਦੇ ਦੇ ਅੰਬ ਬਾਕੀ ਕੇਲੇ ਦੇ ਦੇ ਕਹਿੰਦਾ ਬਾਪੂ ਕਹਿੰਦਾ ਅੰਬ ਖਾਣਾ ਵੱਜ ਉਹੀ ਗੱਲ ਆ निकलिया अंदरों जा नकम्या ताजा चक लो अज नहीं ताजा छड़ना ताजे ओ तेन चोको मिली नहीं तेरी फे है ओए ਲਿਆ ਕੇ ਦਿੱਤੀ ਨਾ ਜੱਸੀ ਨੇ ਕਿਉਂਕਿ ਸਾਲੇ ਤੁਸੀਂ ਸਾਰੇ ਹਰਾਮੀ ਆ ਕਹਿੰਦੇ ਕੱਲ ਨੂੰ ਸਹੀ ਤਾਜੇ ਕਹਿੰਦੇ ਕੱਲ ਨੂੰ ਕਿਉਂਕਿ ਤੁਸੀਂ ਸਾਰੇ ਹਰਾਮੀ ਆ ਕੱਲ ਨੂੰ ਸਹੀ ਤਾਜੇ ਅੱਜ ਅਸੀਂ ਖਾ ਗਏ ਚੋਕੋ ਤੇਰੀ ਅੱਜ ਤਰੀਕ ਹੋ ਗਈ ਆ 16 ਮਾਰਚ ਤੇ ਹੁਣ ਆਪਾਂ ਦੋ ਦੋ ਬਲੌਗ ਇਕੱਠੇ ਕਰਕੇ ਪਾਇਆ ਕਰਨੇ ਆ ਮੈਨੂੰ ਪਤਾ ਦੇਖਣਾ ਤੁਸੀਂ ਇੱਕ ਵੀ ਨਹੀਂ ਹੁੰਦਾ ਹੁਣ ਦੋ ਦੋ ਇਕੱਠੇ ਕਰਕੇ ਪਾਉਣ ਲੱਗ ਪਿਆ ਉਹਦਾ ਤੁਹਾਡਾ ਕੋਈ ਪਤਾ ਨਹੀਂ ਬਾਕੀ ਚੱਲਦੇ ਆ ਯਾਰ ਲੇਟ ਹੋ ਗਿਆ ਅੱਜ ਥੋੜ੍ਹਾ ਜਿਹਾ ਮੈਂ ਜਿਮ 'ਚ ਗਿਆ ਸੀ ਥੋੜ੍ਹਾ ਉੱਧਰ ਵੀ ਟਾਈਮ ਟੂਮ ਲੱਗ ਗਿਆ ਇਹੀ ਨਹੀਂ ਇੱਕ ਲੋਟ ਆਉਂਦਾ ਇਹ ਹੋ ਗਏ ਸੀ ਕੰਪਲੀਟ ਤਾਂ ਪਹੁੰਚਣ ਲੱਗੇ ਸੀ ਉਹਦੇ ਮੋਹਾਲੀ ਬੱਸ ਮੋਹਾਲੀ ਵਾਲੇ ਰਾਹ 'ਤੇ ਤੁਰੇ ਫਿਰਦੇ ਹਾਂ ਹਾਈਵੇ ਜਾਂਦਾ ਸਿੱਧਾ ਹੀ ਹੋ ਚਲੋ ਚਲੀਏ ਕੰਮਾਂ ਕਾਰਾਂ 'ਤੇ ਸਟੀਆਂ ਹੋ ਗਈਆਂ ਕੰਪਲੀਟ ਅੱਜ ਹੈਗਾ ਦੂਜਾ ਦਿਨ ਆਪਣਾ ਇਹ ਦੋ ਹੀ ਬਲੌਗ ਆਪਾਂ ਇਕੱਠੇ ਕਰਕੇ ਪਾਉਣੇ ਆ ਠੀਕ ਆ ਪੁੰਡੀ ਜੀ ਦੋ ਦਿਨਾਂ ਦਾ ਬਲੌਗ ਮੈਂ ਕਿਹਾ ਇਕੱਠਾ ਕਰਕੇ ਪਾਇਆ ਕਰਨਾ ਹੁਣ ਯਾਰ ਆਹੋ ਪਹਿਲਾਂ ਰੇਸ਼ਾ ਸੈੱਟ ਕਰ ਆਪਣੀ ਨਾ ਕਰ ਰੇਜਾ ਸੈੱਟ ਕਰ ਗਿਆ ਪਹਿਲਾਂ ਦੁੱਧ ਤੋਂ ਲੜਾਈ ਹੋਈ ਪਈ ਆ ਉਹ ਪਈ ਆ ਦੁੱਧ ਦੀ ਕੇਨੀ ਦੇਖੋ ਹੁਣ ਕਿਹੜਾ ਜਾਂਦਾ ਆ ਮੈਦਾਨ 'ਚ ਰੱਖੀ ਪਈ ਆ ਮੈਦਾਨ 'ਚ ਰੱਖੀ ਪਈ ਆ ਕੇਨੀ ਤੇ ਦੁੱਧ ਦੀ ਕੇਨੀ ਤੋਂ ਫਿਰ ਦੁਬਾਰਾ ਐਨ ਪੂਰੀ ਲੜਾਈ ਹੋਈ ਪਈ ਆ ਉਹ ਇੱਥੇ ਰਹਿਣ ਦਿਓ ਪਿਆ ਚਲੋ ਚਲੀ ਆਪੇ ਲੈ ਜਾਣਗੇ ਯਾਰ ਕੁਛ ਨੀ ਹਾਲ ਮੈਨੂੰ ਕੀ ਲੜੀ ਚਲੋ ਯਾਰ ਮੈਂ ਤੁਰ ਕੇ ਚੱਲਾਂ ਫੇ ਯਾਰ ਚੰਗਾ ਡੀ ਤੋਰਤਾ ਉਹਦੇ ਅੱਕ ਹਾਰ ਕੇ ਛੇਤੀ ਹੋ ਜਾ ਲਓ ਜੀ ਆਪਾਂ ਹੁਣ ਕਟ ਕੁੱਟ ਰੱਖ ਕੇ ਆਪਾਂ ਆਈਏ ਪੁੰਡੀ ਕੋਟ ਲਾ ਦੇ ਹੁਣ ਆਹ ਗਰਮੀ ਆ ਗਈਆਂ ਬੱਲੇ ਤੇਰੇ ਪੁੰਡੀ ਵਾਲੇ ਵੀ ਕੋਟ ਚਾਉਂਦਾ ਵਾ ਨਿਆਰੇ ਯਾਰ ਚੱਲ ਚਲੀਏ ਪੁੰਡੀ ਆਪਾਂ ਅੱਜ ਯਾਰ ਚੱਲ ਬੈਠ ਬੈਠ ਗੱਡੀ 'ਚ ਬੈਠ ਗੱਡੀ 'ਚ ਚੱਲ ਚੱਲ ਓ ਮਾਈ ਗੋਡ ਚੱਲ ਬੈਠ ਗੱਡੀ 'ਚ ਆਪਾਂ ਪਹੁੰਚ ਗਏ ਅਸੀਂ ਮੰਡੀ 'ਚ ਬੈਠਿਆ ਨਿਆਰੇ ਯਾਰ ਡਾਇਟ ਆਪਾਂ ਲਿਆਂਦੀ ਆ ਬਾਬੇ ਹੁਣੀ ਚਲੇ ਗਏ ਅੰਦਰ ਚਾਹ ਪੀਣ ਨਿਆਰੇ ਯਾਰ ਉਹ ਖੜਾ ਉਹਦੇ ਕਿੱਧਰ ਗਿਆ ਉਹ ਉਹਦੇ ਗੱਪੀਆਂ ਦੀ ਸਰਕਾਰ ਕਹਿ ਦਿੰਦੇ ਹੁੰਦੇ ਅਸੀਂ ਪਿਆਰ ਨਾ ਅਸੀਂ ਪਿਆਰ ਆ ਸਾਡਾ ਤਾਂ ਭਰਾਵਾ ਤਾਂ ਕਰਕੇ ਅਸੀਂ ਹਾਸੇ ਮਜ਼ਾਕ ਨਾਲ ਕਹਿੰਦੇ ਰਹਿੰਦੇ ਹੁੰਦੇ ਬਹੁਤ ਕੁਛ ਠੀਕ ਆ ਬਾਕੀ ਯਾਰ ਹੁਣ ਆਪਾਂ ਦੋ ਦਿਨਾਂ ਦਾ ਬਲੌਗ ਇਕੱਠੇ ਪਾਉਣ ਦੀ ਕੋਸ਼ਿਸ਼ ਕਰਿਆ ਕਰਨੀ ਆ ਹੁਣ ਮੈਂ ਦੇਖਿਆ ਵਾ ਵੀ ਜੇ ਡੇਲੀ ਆਪਾਂ ਬਲੌਗਿੰਗ ਕਰਦੇ ਹਾਂ ਬੜਾ ਕੋਈ ਖਾਸ ਬਲੌਗ ਵੀ ਨਹੀਂ ਬਣਦਾ ਅਤੇ ਸਾਡਾ ਵੀ ਨਹੀਂ ਫਿਰ ਦਿਲ ਮੰਨਦਾ ਹੈਗਾ ਯਾਰ ਪਰ ਪਾਉਣ ਨੂੰ ਤਾਂ ਬਲੌਗ ਡੇਲੀ ਗੱਲ ਹੋ ਜਾਂਦੀ ਆ ਪਰ ਸਵਾਦ ਜਿਹਾ ਨਹੀਂ ਆਉਂਦਾ ਯਾਰ ਫਿਰ ਆਪਣੇ ਆਪ ਨੂੰ ਵੀ ਹਾਂਜੀ ਤਿੰਨ ਟਰੈਕਟਰ ਆ ਤਿੰਨ 40 ਵਾਲੀਆਂ ਹੱਥ ਚਲੋ ਜੀ ਹੋ ਗਿਆ ਕੰਮ ਹਿਸਾਬ ਭਰਾਵਾ ਕੱਲ੍ਹ ਹੋ ਗਿਆ ਗੜਬੜ ਜਿਹਾ ਗੱਡੀ ਲਾਤੀ ਸੀ ਬਾਬਾ ਹੁਣ ਉੱਧਰ ਗਿਆ ਗੋਲ ਬ੍ਰਦਰ ਹੁਣਾਂ ਦੇ ਪੈਸੇ ਲੈਣ ਉੱਧਰ ਬੜਿਆ ਫਿਰਦਾ ਅਸੀਂ ਬੈਠਿਆ ਨਿਆਰੇ ਜਾਣ ਰੋਟੀ ਇੱਕ ਵਾਰੀ ਸਾਰੀ ਆਪਾਂ ਹੁਣ ਖਾ ਲਈਏ ਰੋਟੀ ਗੋਦਾਮ 'ਚ ਪਹੁੰਚ ਗਏ ਅਤੇ ਬਾਕੀ ਤਾਂ ਲੱਗੇ ਹੋਇਆ ਗੱਡੀ ਗੁੱਡੀ ਲੋਡ ਕਰਨ ਚੁੱਬਰ ਹੋਣੀ ਆਪਾਂ ਜਾਣ ਰੋਟੀ ਖਾ ਕੇ ਲੜੀਏ ਨੇ ਆ ਰਹੇ ਆ ਨਾ ਹੁਣ ਯਾਰ ਥੋੜ੍ਹਾ ਟਾਈਮ ਰੈਸਟ ਵੀ ਜ਼ਰੂਰੀ ਆ ਅੱਧੀ ਰਾਤ ਨੂੰ ਇਹਨਾਂ ਨੂੰ ਚੇਤੇ ਆ ਜਾਂਦਾ ਵੀ ਅਸੀਂ ਮਾਲ ਵੀ ਭਾਨਾ ਸੀ ਰੋਟੀ ਰੋਟੀ ਖਾਂਦੇ ਨੇ ਆ ਰਹੇ ਆ ਨਾ ਵਿਹਲੇ ਹੋ ਗਏ ਇਹਨਾਂ ਨੂੰ ਹੁਣ ਚੇਤੇ ਆ ਗਿਆ ਸਿਟੀ ਹਟ ਵਾਲਿਆਂ ਨੂੰ ਗੱਡੀਆਂ ਵੜ ਗਈਆਂ ਜੀ ਹੁਣ ਕਰ ਦਈਏ ਲੋਡ ਦੋ ਖਾਨੇ ਕਰਤੇ ਲੋਡ ਇੱਧਰਲੇ ਰਹਿੰਦੇ ਆ ਚੱਲ ਹੁਣ ਦੱਸਣ ਲੱਗਾ ਹਾਲੇ ਨਹੀਂ ਦੱਸਣ ਲੱਗਾ ਭੁੰਡੀ ਭੁੰਡੀ ਨਹੀਂ ਦੱਸਣ ਲੱਗਾ ਹਾਲੇ ਇੱਧਰ ਨੂੰ ਸਹੀ ਆ ਉੱਤੋਂ ਕਰ ਦਈਏ ਲੋਡ ਹੁਣ ਬਾਕੀ ਹੋ ਗਿਆ ਸਾਰਾ ਕੁਛ ਵਿਹਲਾ ਚੱਕੀਏ ਫਿਰ ਚੱਲੀਏ
ਅਸੀਂ ਨਿਕਲੀ ਜਾਂਦੇ ਆ ਰਹੇ ਆ ਨਾ ਚਲੀਏ ਹੁਣ ਬਹੁਤ ਟਾਈਮ ਹੋ ਗਿਆ ਸਾਨੂੰ ਮਿਲ ਮਲਈਆ ਕਰਦੇ ਆ ਨੂੰ ਹੁਣ ਨਿਕਲੀਏ ਯਾਰ ਅੱਜ ਤਾਂ ਠੀਕ ਹੈ ਯਾਰ ਟਾਈਮ ਨਾਲ ਚੱਲ ਜਾਣਾ ਘਰ ਨੂੰ ਬਾਕੀ ਪਤਾ ਨਹੀਂ ਹਲੇ ਰਾਹ 'ਚ ਬ੍ਰੇਕਾਂ 'ਚ ਰਾਹ 'ਚ ਲੱਗ ਗਈਆਂ ਤਾਂ ਫਿਰ ਦੇਖੋ ਕੋਈ ਪਤਾ ਨਹੀਂ ਹਲੇ ਨਹੀਂ ਭੂੰਡੀ ਵਾਲਾ ਹੱਥ ਖੜਿਆ ਚਲੋ ਕੋਈ ਚੱਕਰ ਨਹੀਂ ਕੋਈ ਨਾ ਕੋਈ ਕਰ ਦਿੰਦੇ ਮਿੰਟ ਖਾਣ ਪੀਣ ਨੂੰ ਅਸੀਂ ਹੁਣ ਤੁਰ ਪਏ ਸੀ ਸਮਾਨ ਕਰ ਲਿਆ ਹੁਣ ਇਹ 'ਚ ਲੁਕੋ ਕੇ ਲੈ ਕੇ ਜਾਣਾ ਹੁੰਦਾ ਸੀ ਇੱਦਾਂ ਦਿਖਾ ਲੈਣਾ ਫਿਰ ਸਾਨੂੰ ਉੱਥੇ ਜਾ ਕੇ ਜਾਵੇ ਅਸੀਂ ਕੀ ਖਾਣਾ ਪੀਣਾ ਕਿੱਦਾਂ ਕਰਨੀ ਆ ਪਾਰਟੀ ਫਿਰ 'ਚ ਕਰਨੀ ਕਿ ਨਹੀਂ ਕਰਨੀ ਅੱਜ ਗੁਪਤੀ ਆ ਕੰਮ ਬਾਕੀ ਦੇਖਦੇ ਹਾਂ ਕੋਈ ਚੱਕਰ ਨਹੀਂ ਉੱਪਰ ਆਵਾ ਬਚ ਬਚਾ ਕੇ ਆਹੋ ਹਲੇ ਨਵਾਂ ਸੈਕਸ਼ਨ ਸ਼ੁਰੂ ਕਰਨਾ ਹੁਣ ਅਸੀਂ ਨਵੇਂ ਫਿਰ ਦੁਬਾਰਾ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਸਾਰਾ ਕੁਛ ਦੇਖਦੇ ਹਾਂ ਹੁਣ ਕੀ ਵਿਚਾਰਧਾਰਾ ਬਣਦੀ ਆ ਸਾਡੀ ਹੁਣ ਚੱਲੀਏ ਹਾਂ ਆਹ ਜੀ ਆਪਾਂ ਲਾ ਲਏ ਸੀ ਸਟੇ ਸ਼ਾਮ ਦਾ ਆਪਣਾ ਉਹੀ ਟਾਈਮ ਹੋ ਗਿਆ ਬੈਠੇ ਹਾਂ ਭੁੰਡੀ ਜੱਸੀ ਅਤੇ ਮੈਂ ਨਜ਼ਾਰੇ ਜਾਣਾ ਮੈਂ ਵੀ ਬਹਿ ਜਾਂਦਾ ਨਜ਼ਾਰੇ ਜਾਣਾ ਜੇ ਬੈਠ ਕੇ ਖਾ ਪੀਆ ਕਰਨਾ ਹੁਣ ਅਸੀਂ ਆਹ ਪੱਕੀ ਥਾਂ ਰੱਖ ਲਈ ਆ ਭੁੰਡੀ ਹੋਣੀ ਲੱਗੇ ਉਹ ਆ ਆਹ ਅੱਜ ਆਪਣਾ ਛੋਟਾ ਜਿਹਾ ਖਾਣਾ ਦੇਣਾ ਆ ਉਹ ਚੱਕ ਲਿਆ ਚੋਰ ਨੇ ਚੱਕ ਲਓ ਵੰਡ ਪੈ ਗਈ ਆ ਚੱਕ ਲਓ ਆਪਣਾ ਆਪਣਾ ਅਤੇ ਖਾਈਏ ਵੀ ਨਿਕਲੀਏ ਵੀ ਅਸੀਂ ਟਾਈਮ ਨਾਲ ਨਜ਼ਾਰੇ ਜਾਣਾ ਘਰ ਨੂੰ ਤੁਹਾਨੂੰ ਦੱਸਿਆ ਸੀ ਹਨੇਰਾ ਹੋ ਜਾਣਾ ਸਾਨੂੰ ਯਾਰ ਉਹੀ ਟਾਈਮ ਹੋ ਜਾਣਾ ਸਾਨੂੰ ਫਿਰ ਦੁਬਾਰਾ ਘਰ ਜਾਂਦੇ ਸਾਨੂੰ ਪੈਕਟ ਦਾ ਵੀ ਪਾ ਛੱਡਿਆ ਭੋਗ ਇਹ ਮਿਲੀ ਯਾਰ ਸਵਾਦ ਆ ਖੱਟੀ ਖੱਟੀ ਜੀ ਆ ਲੱਗੇ ਹੋ ਨਿਆਰੇ ਜਾਣਾ ਚੱਲਣ ਰਹੀ ਆ ਪਾਰਟੀ ਬਹੁਤ ਦਿਨਾਂ ਬਾਅਦ ਬੈਠੇ ਹਾਂ ਜੀ ਫਿਰ ਦੁਬਾਰਾ ਇਕੱਠੇ ਹੋ ਗਏ ਕਿੰਨੇ ਦਿਨ ਹੋ ਗਏ ਉਦੇ ਫਿਰੀ ਗਏ ਟਾਲਦਾ ਹੁਣ ਖਾ ਲਈਏ ਗੋਲ ਗੱਪੇ ਨੱਟ ਗਿਆ ਹੁਣ ਪਰੇ ਨੂੰ ਹੁਣ ਖਾ ਲਈਏ ਗੋਲ ਗੱਪੇ ਫਿਰ ਚੱਲੀਏ ਕੱਲ ਕੱਲ ਤੇਰੀ ਇੱਕ ਕੰਪਲੇਂਟ ਆਈ ਸੀ ਕੱਲ ਤੇਰੀ ਇੱਕ ਕੰਪਲੇਂਟ ਆਈ ਸੀ ਨਾ ਚੀਜੀ ਦੀ ਹੈ ਨਾ ਹਾਂ ਲੈ ਚੱਕ ਅੱਜ ਹੱਲ ਕਰਤੀ ਆ ਲੈ ਚੱਕ ਖਾ ਚੀਜੀ ਅੱਜ ਲੈ ਨਜ਼ਾਰੇ ਹੁਣ ਚੱਲ ਲੈ ਫਿਰ ਦੇ ਲਾ ਤੇਰਾ ਕੱਲ ਦਾ ਆਪਾਂ ਲਾਂਭਾ ਲਾਤਾ ਤੇਰੀ ਚੋਕੋ ਦਾ ਠੀਕ ਆ ਓ ਵੈਲਕਮ ਕੱਲ ਪਰਸੋਂ ਨੂੰ ਫੇਰ ਕਰਾਂਗੇ ਤੇਰਾ ਕੋਈ ਨਹੀਂ ਥੋੜ੍ਹੇ ਦਿਨਾਂ 'ਚ ਫੇਰ ਆਪਾਂ ਤੇਰਾ ਹੱਲ ਕਰਾਂਗੇ ਚੀਜੀ ਦਾ ਤੇਰੀ ਚੋਕੋ ਦਾ ਇਹਨੂੰ ਇਹ ਖਾ ਲਾ ਭੁੰਡੀ ਵੀ ਆ ਗਿਆ ਕੁੱਤੇ ਨਾਲ ਖੇਡ ਕੇ ਇਹ ਸਿਰ ਆਈ ਆ 7:05 ਹੋ ਗਏ ਸੀ ਅਤੇ ਆਪਾਂ ਨੂੰ ਪਹੁੰਚ ਚੁੱਕੇ ਸੀ ਘਰ ਬਾਕੀ ਜੇ ਬਲੌਗ ਵਧੀਆ ਲੱਗੇ ਤਾਂ ਲਾਈਕ ਮੈਂਟ ਸ਼ੇਅਰ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਹੁਤ ਘੈਂਟ ਘੈਂਟ ਬਲੌਗ ਆਉਣੇ ਅੱਗੇ